झूला जिंदगी जो असी ये अल्फाज बोलते हाँ तो साढ़े जहन दे विच दो तरह दी तस्वीर उभरदियां ने। पहली तस्वीर एक बहुत ही खुश मिजाज अते खुश इंसान जो अपने सुपनों नूं पूरा करन लई बड़ी तेज़ रफ्तार चल रहा है, अगे वध रहा है ते जिंदगी तो अगे उड़दा होया है, जिंदगी नूं पुकार रहा है कि आ छू लै मैनू। पर दूजे पासे एक बहुत ही उदास ते उपराम चेहरा, लोड़ां थूड़ां अपनियां दी काट अते बहुत सारियां मजबूरियां ते बेबसियां ते उह बाहां पसार के पुकार करता है आ छू लै जिंदगी एक बार ते छू लै। नमस्कार जी, मैं रमनप्रीत कौर लैके हाजिर हाँ प्रोग्राम आ छू लै जिंदगी दा अगला पन्ना। ज़्यादातर लोग अपनी खूबसूरत जिंदगी दे सुपने देखते हैं तो उन्होंने पूरिया करन लई उन्हां दे मगर दौड़ते हैं, पर कुछ लोग अजिहे भी हुंदे ने जो बेबस मजबूर लोगों की पुकार सुनते हुए अपनी जिंदगी का मकसद ही बदल लेंदे ने, अपनी जिंदगी का रस्ता ही बदल लेंदे ने। अज के प्रोग्राम दे विच असी उन्होंने ही मिलना है जिन्होंने इन्हां दीन दुखियां दी आवाज़ सुनी, अपनी जिंदगी का रस्ता बदलिया, बन गए उन्हां दीन दुनिया का आसरा। आओ मिलते हैं प्रभ आसरा वाले भैन जी रजिंदर कौर जी नूं। बचपन तो ही लोक सेवा वाल प्रेरित बीबी रजिंदर कौर जी ने मनोविज्ञान विच एमए अते इलेक्ट्रॉनिक्स विच टेक्निकल डिप्लोमा करन मगरों अपना काम आरंभ कीता अते केमिस्ट शॉप खोल लई। अपने परिवार नाल अपनी केमिस्ट शॉप ते काम करदे होए उन्हां ने अनेक अजिहे बेसहारा लोक वेखे जो अपने लई इलाज अते दवाइयां तक खरीदण लई असमर्थ सन। उन्हां ने मेडिकल कैंप लगा के अजिहे लोकां दी मदद दा कम आरंभ कीता। फिर साल 2003 विच कुछ बेसहारा लोकां दी देखभाल करन लई चंडीगढ़ विच किराए दे मकान तों एक सफर आरंभ कीता। जो अज हजारां लोकां लई बहुत वड्डा आसरा अते बीबी रजिंदर कौर जी दी जिंदगी दा मकसद बन गया। आज उन्हां दा पूरा परिवार ही इस सेवा कारज नूं समर्पित है। आओ मिलदे हां बेसहारियां दा सहारा बनन वाले प्रभ आसरा वाले बीबी रजिंदर कौर जी नूं। इस वेले असीं बैठे हां बेघरां न्यासरियां दा आसरा, बेघरियां दा घर प्रभ आसरा विखे ते गल्लबात करदे हां भैन रजिंदर कौर जी नाल। ਮੈਂ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ? ਹਾਂ, ਜਦੋਂ ਅਸੀਂ ਗੱਲ ਕਰਦੇ ਹਾਂ ਘਰ ਪਰਿਵਾਰ ਦੇ ਵਿੱਚ ਅਗਰ ਕੋਈ ਇਨਸਾਨ ਬਿਮਾਰ ਹੈ ਜਾਂ ਕਈ ਵਾਰ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਹੈ ਅਤੇ ਕੁਛ ਸਮੇਂ ਦੇ ਬਾਅਦ ਅਸੀਂ ਖੁਦ ਪਰੇਸ਼ਾਨ ਹੋ ਜਾਂਦੇ ਹਾਂ, ਮਤਲਬ ਪਰਿਵਾਰ ਵੀ ਪਰੇਸ਼ਾਨ ਹੋ ਜਾਂਦਾ ਹੈ, ਪਰ ਤੁਸੀਂ ਇਸ ਪ੍ਰਭ ਆਸਰਾ ਦੇ ਵਿੱਚ ਇੰਨੇ ਸਾਰੇ ਲੋਕ ਜਿਹੜੇ ਵੱਖ ਵੱਖ ਥਾਵਾਂ ਤੋਂ ਆਏ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਸਰੀਰਕ ਨੇ, ਮਾਨਸਿਕ ਨੇ, ਔਰ ਛੋਟੇ ਬੱਚੇ ਵੀ ਹੈ, ਨੋਰਮਲ ਬੱਚੇ ਵੀ ਹਾਂ, ਇਹਨਾਂ ਸਾਰਿਆਂ ਨੂੰ ਇੱਥੇ ਇੱਕ ਛੱਤ ਦੇਣ ਦਾ ਇਹ ਜਿਹੜਾ ਤੁਹਾਡਾ ਹੀਆ ਸੀ ਕਿੱਦਾਂ ਪਿਆ, ਇਹਦਾ ਇਹ ਪਿੱਛੇ ਤੁਹਾਡਾ ਜਿਹੜਾ ਇਹ ਸਿਰੜ ਸੀ ਇਹ ਕਿੱਥੋਂ ਆਇਆ? ਪਰਮਾਤਮਾ ਦੀ ਕਿਰਪਾ ਦੇ ਨਾਲ ਬਚਪਨ ਤੋਂ ਹੀ ਮਾਤਾ ਪਿਤਾ ਨੇ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਅੰਮ੍ਰਿਤਪਾਨ ਕਰਵਾਇਆ ਅਤੇ ਗੁਰੂ ਸਾਹਿਬਾਨਾਂ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ, ਜਿਨ੍ਹਾਂ ਵਿੱਚੋਂ ਹਮੇਸ਼ਾ ਸਾਨੂੰ ਇਹੀ ਸਾਹਮਣੇ ਆਉਂਦਾ ਸੀਗਾ ਕਿ ਉਹ ਗਰੀਬਾਂ ਦੀ ਨਿਆਸਰਿਆਂ ਦੀ ਬਾਂਹ ਹਮੇਸ਼ਾ ਫੜਦੇ ਰਹੇ ਆ, ਹਮੇਸ਼ਾ ਹੈਲਪ ਕਰਦੇ ਆ, ਅਤੇ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਅਤੇ ਇਹ ਤਾਂ ਸਾਡੇ ਆਪਣੇ ਪਰਿਵਾਰਕ ਮੈਂਬਰ ਹਨ, ਏਕ ਪਿਤਾ ਏਕਸ ਕੇ ਹਮ ਬਾਰਕ ਜੇਤੇ ਜੀਤੇ ਤੇ ਸਭ ਤੇਰੇ, ਅਤੇ ਇਸ ਕਰਕੇ ਇਹ ਸਾਰੇ ਹੀ ਸਾਡੇ ਆਪਣੇ ਭਾਈਵਾਲ ਹਨ। ਇੱਕ ਛੋਟਾ ਪਰਿਵਾਰ ਹੁੰਦਾ ਇੱਕ ਵੱਡਾ ਪਰਿਵਾਰ ਹੈ ਕਿ ਬਹੁਤ ਪਰਮਾਤਮਾ ਨੇ ਸਾਨੂੰ ਛੋਟੀ ਜਿਹੀ ਉਮਰ 'ਚ ਬਹੁਤ ਕੁਛ ਦੇ ਦਿੱਤਾ
ਤੇ ਸਾਡੇ ਇਹੀ ਸੀ ਕਿ ਮਨ ਵਿੱਚ ਇੱਛਾ ਕਿ ਸਾਡੇ ਛੋਟੇ ਪਰਿਵਾਰ ਦੀਆਂ ਲੋੜਾਂ ਸਮਾਜਿਕ ਲੋੜਾਂ ਨਿਭਾਉਂਦੇ ਹੋਏ ਸਾਨੂੰ ਵੱਡੇ ਪਰਿਵਾਰ ਦੀ ਵੀ ਸੇਵਾ ਸੰਭਾਲ ਕਰਨੀ ਓਨੀ ਹੀ ਜ਼ਰੂਰੀ ਹੈ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਬਚਪਨ ਤੋਂ ਮਾਂ ਬਾਪ ਨੇ ਸਿਖਾਇਆ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਮੈਰਿਜ ਹੋਈ ਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਉਹ ਕਾਫੀ ਉੱਚੀ ਅਵਸਥਾ ਵਾਲੇ ਸੀਗੇ ਤੇ ਜਦੋਂ ਅਸੀਂ ਆਪਸ 'ਚ ਗੁਰਬਾਣੀ ਬਾਰੇ ਡਿਸਕਸ ਕਰਨਾ ਤੇ ਫਿਰ ਆਖੀਰ 'ਚ ਸ਼ਾਮ ਨੂੰ ਇਹੀ ਨਿਕਲ ਕੇ ਨਿਚੋੜ ਆਉਂਦਾ ਸੀਗਾ ਕਿ ਅਸੀਂ ਆਪਣੀ ਲਾਈਫ ਸਿਰਫ ਉਹ 4 ਜੀਆਂ ਲਈ 3 ਜੀਆਂ ਲਈ ਅਸੀਂ ਵਿਚਰ ਰਹੇ ਹੈਗੇ ਹਾਂ ਸਾਡੀ ਲੋੜ ਹੈਗੀ ਹੈ ਕਿ ਇਹ ਜਿਹੜਾ ਸਮਾਜਿਕ ਸੰਸਾਰਿਕ ਸਾਡਾ ਪਰਿਵਾਰ ਹੈਗਾ ਇਹਨਾਂ ਦੀਆਂ ਲੋੜਾਂ ਵੀ ਓਨੀਆਂ ਹੀ ਜ਼ਰੂਰੀ ਆ ਜਿਨ੍ਹਾਂ ਨੂੰ ਅਸੀਂ ਪੂਰਾ ਕਰਨਾ ਹੈਗਾ ਉਹਨਾਂ ਦੀ ਸਪੋਰਟ ਕਰਨੀ ਹੈ ਹੈਲਪ ਕਰਨੀ ਹੈ ਅਤੇ ਸਾਡੀ ਫਾਰਮਾਸਿਊਟੀਕਲ ਸ਼ੋਪਸ ਹੋਣ ਕਰਕੇ ਉੱਥੇ ਕਾਫੀ ਕੇਸ ਹਸਪਤਾਲਾਂ 'ਚ ਆ ਜਾਂਦੇ ਸੀਗੇ ਜਿਨ੍ਹਾਂ ਨੂੰ ਕੋਈ ਆਸਰਾ ਨਹੀਂ ਸੀ ਹੁੰਦਾ ਅਤੇ ਉਹਨਾਂ ਦਾ ਆਸਰਾ ਲੱਭਦੇ ਕਈ ਵਾਰੀ ਅਸੀਂ ਕਈ ਘਰਾਂ ਵਿੱਚ ਗਏ ਹਾਂ ਹਸਪਤਾਲਾਂ ਵਿੱਚ ਗਏ ਹੈਗੇ ਹਾਂ ਅਤੇ ਗੁਰਦੁਆਰਿਆਂ ਤੱਕ ਵੀ ਪਹੁੰਚ ਕੀਤੀ ਕਿ ਸਾਨੂੰ ਇੱਥੇ 2 ਕਮਰੇ ਦੇ ਦਿੱਤੇ ਜਾਣ ਅਸੀਂ ਮੈਡੀਕਲੀ ਇਲਾਜ ਅਸੀਂ ਕਰਾਵਾਂਗੇ ਹੈਲਪ ਕਰਾਂਗੇ ਇਹਨਾਂ ਦੀ ਟੇਕ ਕੇਅਰ ਕਰਾਂਗੇ ਉੱਥੇ ਕਿਉਂਕਿ ਸਾਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਰਾਸ਼ਨ ਹੈਗਾ ਈਵਨ ਕਿ ਬਿਸਤਰੇ ਹੈਗੇ ਆ ਅਤੇ ਸ਼ੈਲਟਰ ਹੈਗਾ ਬਟ ਸਾਨੂੰ ਇਹੀ ਮਹਿਸੂਸ ਹੋਇਆ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਮਕਸਦ ਸੀਗਾ ਜਿਸ ਵਾਸਤੇ ਨਿਸ਼ਾਨ ਸਾਹਿਬ ਲਾਇਆ ਗਿਆ ਸੀ ਇੱਥੇ ਨਿਆਸਰਿਆਂ ਦਾ ਆਸਰਾ ਨਿਉਟਿਆਂ ਦੀ ਓਟ ਨਿਥਾਵਿਆਂ ਦਾ ਥਾਂ ਉਹ ਸ਼ਾਇਦ ਇਸ ਘਰ ਵਿੱਚ ਹਜੇ ਨਹੀਂ ਪੂਰਾ ਹੋ ਰਿਹਾ ਸਾਨੂੰ ਉਸ ਦਾ ਮਕਸਦ ਪੂਰਾ ਕਰਨਾ ਹੈਗਾ ਗੁਰੂ ਸਾਹਿਬ ਨੇ ਜੋ ਸਾਨੂੰ ਸਿਖਾਇਆ ਉਹ ਮਕਸਦ ਲਈ ਅਸੀਂ ਤਤਪਰ ਹੋਏ ਅਤੇ 2 ਕਮਰੇ ਕਿਰਾਏ 'ਤੇ ਲੈ ਕੇ ਦਸੰਬਰ 2003 ਵਿੱਚ ਇਹ ਘਰ ਪ੍ਰਭ ਆਸਰਾ ਆਰੰਭ ਹੋ ਗਿਆ ਭੈਣ ਜੀ ਚੰਗੀ ਗੱਲ ਹੈ ਕਿ ਸਾਨੂੰ ਪਰਿਵਾਰ ਮਤਲਬ ਜਿਹੜੇ ਵੀ ਪਰਿਵਾਰ 'ਚ ਅਸੀਂ ਪੈਦਾ ਹੁੰਦੇ ਹਾਂ ਸਾਨੂੰ ਉਹਦੇ ਸੰਸਕਾਰ ਮਿਲਦੇ ਨੇ ਤੁਹਾਨੂੰ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦੀ ਸਿੱਖਿਆ ਵੀ ਮਿਲੀ ਅਤੇ ਜੀਵਨ ਸੇਧ ਵੀ ਅਤੇ ਇਹ ਪ੍ਰਭ ਆਸਰਾ ਜਿਹੜਾ ਨਾਮ ਸੀਗਾ ਇਹ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆਇਆ ਅਤੇ ਹੁਣ ਕਿਸ ਤਰ੍ਹਾਂ ਵਰਕ ਕਰ ਰਹੀ ਹੈ ਪ੍ਰਭ ਆਸਰਾ ਔਰ ਪਰਿਵਾਰ 'ਚ ਕਿੰਨੇ ਮੈਂਬਰ ਨੇ ਇਸ ਵੇਲੇ ਅਸਲ ਵਿੱਚ ਕਿਉਂਕਿ ਅਸੀਂ ਕੁਛ ਨਹੀਂ ਕਰ ਰਹੇ ਜਿਹੜਾ ਜਿੰਨਾ ਵੀ ਕੰਮ ਹੈ ਇਹ ਪਰਮਾਤਮਾ ਵੱਲੋਂ ਕੀਤਾ ਜਾ ਰਿਹਾ ਹੈ ਚਾਹੇ ਉਹ ਸਮਾਜਿਕ ਜਿਹੜੇ ਭਾਵਨਾ ਰੱਖਦੇ ਹੈਗੇ ਆ ਪਰਸਨ ਉਹ ਸਾਡੀ ਹੈਲਪ ਕਰ ਰਹੇ ਹਾਂ ਅਤੇ ਭਾਵੇਂ ਇਹ ਪਰਮਾਤਮਾ ਉਹਨਾਂ ਨੂੰ ਸਾਡੇ ਤੱਕ ਪਹੁੰਚਾਉਂਦਾ ਹੈਗਾ ਇਸ ਕਰਕੇ ਜਿਹੜਾ ਇਹ ਸ਼ੈਲਟਰ ਹੋਮ ਹੈ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਤਿਆਰ ਹੋਇਆ ਅਤੇ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਿਹਾ ਅਸੀਂ ਤਾਂ ਨਾ ਮਾਤਰ ਸੇਵਕ ਹੈ ਕਰਨ ਕਰਾਵਣ ਆਪੇ ਆਪ ਮਾਨਸ ਕੇ ਕਿਛ ਨਾਹੀਂ ਹੱਥ ਅਤੇ ਉਸੇ ਹੀ ਤਰਜ਼ 'ਤੇ ਇਸ ਘਰ ਦੇ ਵਿੱਚ ਤਕਰੀਬਨ ਦਸੰਬਰ 2003 ਤੋਂ ਹੁਣ ਤੱਕ 2015 ਤੋਂ ਉੱਪਰ ਸਾਡੇ ਕੋਲ ਪ੍ਰਾਣੀ ਦਾਖਲ ਹੋਏ ਆ ਅਲੱਗ ਅਲੱਗ ਹਾਲਤਾਂ ਵਿੱਚ ਜਿਹੜੇ ਕਿ ਬੇਸਹਾਰਾ ਲਾਚਾਰ ਗੁੰਮਸ਼ੁਦਾ ਅਨਾਥ ਰੇਪ ਵਿਕਟਮਸ ਪ੍ਰੈਗਨੈਂਟ ਲੇਡੀਜ਼ ਅਲੱਗ ਅਲੱਗ ਹਾਲਤਾਂ ਵਿੱਚ ਮਿਲਦੀਆਂ ਹੈਗੀਆਂ ਈਵਨ ਕਿ ਕਈ ਬਜ਼ੁਰਗਾਂ ਨੂੰ ਅਬੈਂਡਨ ਕਰ ਦਿੱਤਾ ਜਾਂਦਾ ਹੈ ਸੜਕਾਂ 'ਤੇ ਰੋਲ ਦਿੱਤਾ ਜਾਂਦਾ ਹੈ ਬਹੁਤ ਬੱਚਿਆਂ ਨੂੰ ਕਿਤੇ ਕਰੈਡਲ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਜਾਂ ਪਾਰਕਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਫਿਰ ਰੇਲਵੇ ਸਟੇਸ਼ਨਾਂ 'ਤੇ ਛੱਡ ਦਿੱਤਾ ਜਾਂਦਾ ਹੈ ਬਹੁਤ ਇੱਦਾਂ ਦੇ ਇਨਸਾਨ ਹੈਗੇ ਜਿਹੜੇ ਭੁੱਲ ਭੁਲੇਖੇ ਰਸਤੇ ਭਟਕ ਕੇ ਇੱਥੇ ਪਹੁੰਚ ਜਾਂਦੇ ਹੈਗੇ ਆ ਸਾਡੇ ਕੋਲ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਹਸਪੀਟਲਾਂ ਵੱਲੋਂ ਉਹਨਾਂ ਨੂੰ ਸਾਡੇ ਕੋਲ ਪਹੁੰਚਾਇਆ ਜਾਂਦਾ ਹੈ ਇੱਥੇ ਜਦੋਂ ਪਹੁੰਚਦੇ ਹੈਗੇ ਆ ਉਹਨਾਂ ਦਾ ਕੇਅਰ ਟ੍ਰੀਟਮੈਂਟ ਰੀਹੈਬਲੀਟੇਸ਼ਨ ਦੇ ਉਪਰਾਲੇ ਸ਼ੁਰੂ ਹੋ ਜਾਂਦੇ ਹਨ ਅਤੇ ਇੱਥੇ ਕਿਹੜੇ ਅਲੱਗ ਅਲੱਗ ਤਰ੍ਹਾਂ ਦੇ ਸੈਕਸ਼ਨਸ ਨੇ ਔਰ ਇਹਨਾਂ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਹੋ ਸਾਡੇ ਕੋਲ ਤਕਰੀਬਨ ਮੇਲ ਫੀਮੇਲ ਬੱਚੇ ਬਜ਼ੁਰਗ ਹਰ ਇਸ ਗਰੁੱਪ 'ਚ ਸਾਡੇ ਕੋਲ ਹੈਗੇ ਆ ਬਿਨਾਂ ਕਿਸੇ ਕਾਸਟ ਕ੍ਰੀਡ ਜਾਂ ਕਿਸੇ ਵਿਤਕਰੇ ਤੋਂ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਹੈ ਉਹਨਾਂ ਨੂੰ ਹਜੇ ਤਾਂ ਅਸੀਂ ਇੰਨਾ ਕੋਈ ਕਰ ਸਕੇ ਹਾਂ ਕਿ ਅਡਲਟ ਮੇਲ ਅਤੇ ਫੀਮੇਲ ਨੂੰ ਅਲੱਗ ਕੀਤਾ ਹੈ ਬੱਚਿਆਂ ਵਿੱਚ ਮੇਲ ਅਤੇ ਫੀਮੇਲ ਅਲੱਗ ਕੀਤੇ ਹੈ ਜਿਨ੍ਹਾਂ ਵਿੱਚੋਂ ਇਨਫੈਂਟ ਫੀਮੇਲ ਬੱਚੀਆਂ ਦੇ ਨਾਲ ਰੱਖੇ ਗਏ ਹੈਗੇ ਆ ਬਟ ਜਦੋਂ ਅਸੀਂ ਇਹਨਾਂ ਦੇ ਵੱਲ ਕੋਲ ਜਾ ਕੇ ਇਹਨਾਂ ਦੇ ਨਾਲ ਵਿਚਰਦੇ ਹੈਗੇ ਹਾਂ ਛਾਤੀ ਮਾਰਦੇ ਹਾਂ ਇਹਨਾਂ ਦੀਆਂ ਨੀਡਸ 'ਤੇ ਸੋਸ਼ਲ ਨੀਡ ਅਤੇ ਇਮੋਸ਼ਨਲ ਨੀਡਸ ਤੋਂ ਤਾਂ ਮਹਿਸੂਸ ਹੁੰਦਾ ਕਿ ਜਿਹੜੇ ਬਜ਼ੁਰਗ ਮੈਂਟਲੀ ਨੋਰਮਲ ਹੈਗੇ ਆ ਬਟ ਫਿਜ਼ੀਕਲੀ ਹੈਂਡੀਕੈਪ ਹੈ ਜਾਂ ਹੋਰ ਕੋਈ ਦਿੱਕਤ ਦਾ ਸ਼ਿਕਾਰ ਹੈ ਉਹਨਾਂ ਨੂੰ ਬਟ ਉਹ ਜਿਹੜੇ ਮੈਂਟਲੀ ਚੈਲੇਂਜਡ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਰਹਿਣਾ ਬੜਾ ਮੁਸ਼ਕਲ ਹੈ ਇਸ ਕਰਕੇ ਬਹੁਤ ਕੈਟਾਗਰੀਜ਼ ਆ ਜਿਨ੍ਹਾਂ ਨੂੰ ਹਜੇ ਵੀ ਸੈਪਰੇਟ ਕਰਨ ਦੀ ਲੋੜ ਹੈਗੀ ਹੈ ਭੈਣ ਜੀ ਤੁਹਾਡੇ ਕੋਲ ਇੱਥੇ ਪ੍ਰਭ ਆਸਰਾ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਅਲੱਗ ਅਲੱਗ ਸਥਿਤੀਆਂ ਵਿੱਚ ਤੁਹਾਨੂੰ ਮਿਲਦੀਆਂ ਜਿਵੇਂ ਤੁਸੀਂ ਦੱਸਿਆ ਵੀ ਕਿ ਰੇਪ ਵਿਕਟਮ ਵੀ ਹੈਗੀਆਂ ਨੇ ਘਰੋਂ ਕਿਸੇ ਨੇ ਕੱਢ ਦਿੱਤਾ ਬਜ਼ੁਰਗ ਹੈ ਜਾਂ ਮੈਂਟਲੀ ਠੀਕ ਨਹੀਂ ਹੈ ਅਤੇ ਉਹਨਾਂ ਦੇ ਵਾਰਡ ਦੇ ਵਿੱਚ ਕਿੰਨੀਆਂ ਔਰਤਾਂ ਨੇ ਔਰ ਕਿਸ ਤਰ੍ਹਾਂ ਦੇ ਰੁਝੇਵਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਲਗਾ ਕੇ ਰੱਖਦੇ ਹੋ ਸਾਡੇ ਕੋਲ 200 ਦੇ ਕਰੀਬ ਅਲੱਗ ਅਲੱਗ ਹਾਲਤਾਂ ਵਿੱਚ ਲੇਡੀਜ਼ ਹੈਗੀਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਾਨਸਿਕ ਰੋਗੀ ਜਾਂ
बचपन तो ही जिहड़े कि जिन्हां दा दिमाग नहीं वधिया फुला वह फीमेल हैगियां ते कुछ बजुर्ग हैगियां हर एक नूं उहनां दी कैपेबिलिटी दे हिसाब दे नाल उहनां नूं अलग अलग इनवॉल्व किया जाता है किसी नूं वोकेशनल ट्रेनिंग दे विच जां फिर उहनां नूं को सर्कुलर एक्टिविटीज़ दे विच थोड़ा जिहा डॉक्टर कहिंदे आ कि उहनां नूं बिजी रख्या जाए तां कि उहनां दी माइंड डाइवर्ट रहे उहनां नूं घर दी याद घट आवे क्योंकि मिसिंग होण करके उहनां नूं घर दी याद बहुत आउंदी हैगी है ते इस तरह ही इहनां नूं जिवें इह गेम्स दे विच भी इनवॉल्व किया जाता है ता कि यह कुछ ना कुछ उभर इन्हां दे अंदरों हो निकल सके। आओ फिर चलते हाँ आपां बच्चियां दे सैक्शन दे विच जिस तरह परिवार अपने परिवारक मैंबरां नूं इदां छड़ दिंदे है या घरों बेकार कर देंदे है तुहानूं की लगता की वजह है ये मेला ज़्यादा वध रहा अजकल दे दिनां विच इहदी की वजह है? असल च काफ़ी जो इंसान मटेरियलिस्टिक हो जाता इंडिविजुअलिस्टिक हो जाता सैल्फलैस अपनी सैल्फ की ही केयर कर लग जाता तो अपने घरदिया इग्नोर कर देता है गुरबाणी तो बहुत दूर हो जाता है। ये बहुत व्डे कारण है कि सिर्फ अपने बारे सोचना तो बाकियों बारे ना सोचना वो ये भुल जाते कि कल जो ऐसा चल सी सब कोई आई बारी है कि अज असी ठीक ठाक है लेकिन कल असी भी बजुर्ग होना नाल साढ़े तो कुछ नहीं जाना ना माया जानी हैगी है साढ़े अच्छिया डीड्स गुड डीड्स अच्छे संस्कार यही जो साढ़े लेखे च लगने हैं साढ़े कर्मा के हिसाब के नाल लेखा जोखा होना कर्मी आपो अपनी के नेड़े के दूर तो नाले साढ़े बच्चे साढ़े तो सीखते हैं जे असी अच्छे संस्कार देवांगे असी उदां दा रोल मॉडल उन्हां लई बणांगे तां ही कल नूं उह सानूं संभालणगे सानूं इह अंदरों साडी फीलिंग आनी चाहीदी है कि भी सानूं भी अपने बजुर्गां दा अपने जिहड़े स्पैशल बच्चों का क्योंकि इहदे विच उन्हां दा कोई रोल नहीं हैगा स्पैशल होण दे विच क्योंकि इह परमात्मा दी दात हैगी है सानूं कोई सेवा दित्ती हैगी है साडा फर्ज़ बणदा है कि असी उन्हां नूं संभालीए उन्हां दी केयर करिए तां कि कल नूं साडे ते कोई इंसीडेंट जां ट्रॉमा हुंदा साडे नाल कोई एक्सीडेंट इदां दा हुंदा तां सानूं भी कोई संभालण वाला अगे आवे। भैन जी तुसीं ठीक है एक अपनी अंतरात्मा की आवाज़ सुन के गुरबाणी दे ने जो एक संदेश दिता उन्हूं फॉलो करदे हुए इन्हां लोकां दा तुसीं जिम्मा उठा लिया पर सौखा नहीं हुंदा इन्ने सारे लोगों और उन्हां दी इन्नी सारी समस्यावां दे नाल उन्हां दे नाल डील करना अपने मन नूं और अपने आप नूं किस तरह तुसीं एकागर रखते हो अपनी दिनचर्या तुहाडी की हुंदी है? गुरबाणी ही है जो सानू सवेर तो लैके चलदा रखदी हैगी उहनां दी कृपा परमात्मा दी मेहर उहदे नाल ही असीं चल रहे हां क्योंकि इह घर भी ते आसरा भी परमात्मा दा है जे उह चलाण वाला उही चला रहा सानू साडा इहदे विच कोई रोल नहीं है संगत दा सहयोग परमात्मा दी कृपा ते सारियां दा हैल्प सपोर्ट दे नाल ही इह संस्था होंद विच आई है ते उहनां दी हैल्प सपोर्ट दे नाल ही इह चल रही हैगी। डेली जदों सवेरे बच्चे नूं तैयार करना स्कूल भेजना सरदार साहब नूं तैयार करना असीं फिर फिजियो च आने हैगे हाँ ते फिर नाल दी नाल इन्हां बच्चों के विच विचरना देखना किसी की स्पैशल नीड्स तो नहीं किसी नूं हॉस्पिटल भेजन की लोड़ तो नहीं हैगी जां किसी नूं स्कूल विच कोई प्रॉब्लम तो नहीं आ रही इस तो इलावा फिर जिवें होर नवे प्रोजेक्ट चल रहे हैं उन्हां ते वर्किंग शुरू हो जाती है आर्कीटेक्चर पॉइंट ऑफ व्यू दे नाल ते मेरा इन्हां दे विच इन्हां नूं स्पोर्ट्स विच इनवॉल्व करन लई इन्हां दीआं कोई एंट्री भेजनियाँ जां किहड़े किहड़े स्कूल च इन्हां नूं इनवॉल्व रखना हैगा किहड़े इन्हां नूं डिप्लोमा जां डिग्री विच एडमिशन करवानी हैगी आ उस ते विचारां जां सारा दिन ऑफिशियल एक्टिविटीज़ कोई ईमेल्स चैक करके उन्हां दा जवाब देना हैगा एडमिनिस्ट्रेशन दे नाल गलबात करनी हैगी आ ते इस तो इलावा सारे अगे हॉस्पिटल हैगा साडा तकरीबन जिथे 25 डॉक्टर अलग अलग हालत दे मरीजा नूं चैकअप करन लई सुपर स्पैशलिस्ट डॉक्टर आंदे हैगे आ हॉस्पिटल च अगे की साडियां प्रोविजन असीं वधाणियां हैगियां क्योंकि साडा मेन मकसद हैगा कि उन्हां नूं मिनिमम कॉस्ट ते बहुत वधिया ट्रीटमेंट अवेलेबल करवाना चैरिटेबल रेट्स ते अवेलेबल करवाना ते जिहड़े एक्सीडेंटल केस हैगे आ ते जिहड़े साढ़े 400 तो उपर इनहैबिट ਇਨਹੈਬੀਟੈਂਟਸ ਇਸ ਵਕਤ ਇੱਥੇ ਰਹਿ ਰਹੇ ਹੈਗੇ ਆ ਉਹਨਾਂ ਦੀਆਂ ਬਹੁਤ ਅਲੱਗ ਅਲੱਗ ਤਰ੍ਹਾਂ ਦੀਆਂ ਨੀਡਸ ਹੈਗੀਆਂ ਉਹਨਾਂ ਨੂੰ ਮਤਲਬ ਅਨਕੰਡੀਸ਼ਨਲ ਉਹਨਾਂ ਦੀਆਂ ਟ੍ਰੀਟਮੈਂਟ ਕੇਅਰ ਦੇ ਉਪਰਾਲੇ ਕਰਨੇ ਅਤੇ ਇਹਦੇ ਵਾਸਤੇ ਫੰਡਸ ਦੀ ਅਵੇਲੇਬਿਲਟੀ ਲਈ ਅਸੀਂ ਤਿਆਰੀ ਕਰਨੀ
ते प्रशासन तक पहुँच करनी ये तकरीबन डेली का काफ़ी लंबा चौड़ा शड्यूल जो हो जाता है। एक थोड़ा कि मिशन मिलाप भी है वो की है वो बारे दस। हाँ जी तकरीबन साढ़े को जिमें अलग अलग हालतों में पहुँचते हैं तो अंडर मिशन मिलाप साढ़ा यही मकसद होंगे कि उन्होंने फिर तो वारस लभने क्योंकि मोस्टली मिसिंग होंगे है कई बार इदा के कई वारस होंगे जे सा तक पहुँच नहीं कर सकते तो फिर उत्थे जाके असी छड़ के भी आने जिमें कि आसाम महाराष्ट्र उड़ीसा उन्होंने मेन कि साढ़े इतने लोकल तो पंजाब तो साढ़े सेवादार भी जाके छड़ आते हैं बट जेडे कि लैंग्वेज का बहुत वड्डा बैरियर हों गैप हों उत्थे साढ़े सेवादारों मुश्किल होंगी है उत्थे मैं खुद जाके प्रोजेक्ट बना के उन्होंने उत्थे छा के छड़ के आईदा हैगा तो साडा यह रेगुलर हैगा मिशन मिलाप का काम तो हूँ भी साड़ी नेपाल विच गल चल रही है कुछ एक बच्ची हूँ ही फिर तो मिशन मिलाप के अंडर रीयूनाइट हुई है जिड़ी कि बहुत ज़्यादा हाइपर अग्रेसिव सी पत्थर मार रही थी लोगों पर तो हूँ ठीक हो के फिर तो अपने वारसा नाल गई है तकरीबन 1350 तो उपर उन्होंने फिर तो प्राणियों रीयूनाइट करा चुके हैं बट कुछ इदा है जोड़े बजुर्ग है वो डिग्निटी के नाल परमात्मा की गोद में जाते हैं तो ये भी एक साड़ा त्राशदी हैगी है कल जी जिहड़ा सी इन्ना वड्डा बीड़ा चुकिया है इन्ने सारे लोगों की जिंदगी दे विच एक बड़ा महत्वपूर्ण रोल तुसी प्ले कर रहे हो तो जो तुहाडी अपनी निजी लाइफ आती है निजी जिंदगी आती है निजी जिम्मेवारी आदियां ने तो दोवां दा बैलेंस किदां बैठता है तो तुहाडा जिहड़ा अपना परिवार है वो इसनूं किदां लैंदा उन्हां दी सोच किदां आ। असल विच परिवार च की आ मेरे हसबैंड हैगे आ ते मेरे दो बेटे हैगे आ ते वड्डा बेटा हुण डबल मास्टर्स करके ही इज़ इन कैनेडा इस वक्त तो उत्थे भी इस मिशन दे उपर ही इज़ वर्किंग ही इज़ ट्राइंग क्योंकि उत्थे प्रभासर रजिस्टर्ड हैगी है तो जिहड़ा छोटा बच्चा हैगा वो प्लस वन च हैगा तो वो नाल हैल्प कराते हैं वो फील करते हैं कि ये साड़ी वड्डा परिवार हैगा वड्डी फैमिली हैगी जिदा साडे फर्ज माता पिता निभा रहे हैं साडे प्रति उदा ही साडा भी फर्ज बनता है कि असी इन्हां दी सपोर्ट करिए हैल्प करिए तो ईवन के मदर फादर भी मेरे वलंटीयर करते रहे हैं मेरे फादर इन लॉ वलंटीयर करते रहे हैगे हैं तो मेरे दोनों फादर नहीं रहे हैगे किसी कारण करके बट मेरे मदर हूँ भी चिल्ड्रन वार्ड के दिन रात सपोर्ट करते हैं ना वो इन दिनों में सिस्टर आए सी यूएस लै गए उन्होंने तो बट ये साडा सारा परिवार रल के मतलब एफर्ट करता हैगा तो इदा कदे फीलिंग नहीं आई कि असी अपने परिवार तो इलावा किसी लिए काम कर रहे हैं। जीवन साथी रजिंदर कौर का जिमें बचपन दे विच ही उन्हां नूं गुरु साहिबानां दे जीवन तो जिहड़ी बहुत सारी उन्होंने सेध लई इनवायरमेंट ऐसा मिलिया तो उन्हां दा सच नाल ते समाज नाल जिवें गुरु साहिबानां ने जो रिश्ता निभाया है तो उस तो बहुत प्रभावित सन। उन्होंने जदों भी कोई इस तरह का लाइक समाज दीआं जदों नीड्स देखणियां कि समाज दे विच इस तरह दे बच्चे जिन्हां नूं हैल्प की लोड़ है इस तरह के नागरिक हैं जिन्हां नूं हैल्प की लोड़ है तो उस वेले जदों भी उन्होंने कोई भी अपना विचार इदां पेश करना तो मेरे मन दे विच कुदरती गल है कि गुरु साहबाना की बाणी के इतिहास में विचारना तो ये मेरे मन के भी जज्बा होंदा सी ते मेरा बड़ा दिल खुश होंदा सी कि ऐसा जीवन साथी कि मतलब जिहदी कल्पना करनी भी बहुत मुश्किल हुंदी है तो परमात्मा ने दिता तो उस दे विच जदों मेरे ने कहना कि मैं बच्चों लई इदां करना चाहनी हूँ जिवें गेम्स अज की मैं गल करा कि अज इन्होंने बच्चों मतलब इन्नी मेहनत करके आप नाल इनवॉल्व हो के और स्टेट लैवल ते नैशनल लैवल ते इंटरनैशनली जिहड़े बच्चे सिलेक्ट होंदे उहदे विच मतलब इन्होंने जो अपने पहला कोई भी अगर विचार रखना तो फिर उस वेले मैं जो मेरे लिंक हैगे एक्सपर्ट है इस फील्ड के उन्हें लिंक करके तो इन्हों रल मिल के असी कोशिश करते होंगे कि असी एक समाज जो सा एक परिवार हैगा उस जिते भी कोई बजुर्गों की लड़ है जिते भी कोई लेडीज़ जो डिप्रैशन डिमेंशिया इंटलैक्चुअल डिसबिलिटी ट्रैजी इनजस्टिस टॉर्चर किसी करके भी विवसा लाचार हो गई उन्होंने रीहैबिलिटेशन उन्होंने वोकेशनल तो इन्हों जज्बे हैं कि मैं स्पैशल बच्चों जल्दी जल्दी स्कूल बनावा बजुर्गों अलग विंग बनावा तो असी रल मिल के कोशिश करते होंगे कि जोड़ा इन्हों का एक्सपीरियंस तो मेरा एक्सपीरियंस मेरे लिंक तो असी एक्सपर्ट की सलाह लैके इस परमात्मा की कृपा तो समाज दर की सजना के सहयोग के नाल कोशिश करते हैं जिदे हूँ तक बहुत सारे हज़ारा ही मतलब कह लो 2000 तो उपर नागरिक हैं जिन्होंने इंप्रूव होने का मौका मिले 1300 तो उपर हैं जेडे कि अपने रीयूनाइट हुए हैं तो कोशिश करते हैं कि ऐसे केयरिंग सिटी डिवेलप करिए जिस दे विच नागरिक नूं इंप्रूव होण दा अर्ली इंप्रूवमेंट ते रीहैबिलिटेशन दा मौका मिल सके ते इन्हां दे बहुत सारे आइडियाज़ हैं ते मैं पूरी कोशिश करदा हुंदा क्योंकि जिथे भावनावां मैच कर जांदियां ते कुदरती गल्ल उत्थे शक्तियां जुड़ जांदियां
ਤੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਇਹਨਾਂ ਨੂੰ ਕਿ ਇਹਨਾਂ ਦਾ ਜੋ ਜਜ਼ਬਾ ਹੈਗਾ ਜੋ ਇਹਨਾਂ ਦੀ ਸੋਚ ਹੈਗੀ ਹੈ ਸਮਾਜ ਦੇ ਪ੍ਰਤੀ ਜਿਵੇਂ ਪਰਿਵਾਰ ਦੇ ਪ੍ਰਤੀ ਸੋਚਦੇ ਹਾਂ ਸਮਾਜ ਦੇ ਪ੍ਰਤੀ ਉਦਾਂ ਸੋਚਦੇ ਹਾਂ ਅਤੇ ਹਰ ਕੀਮਤ 'ਤੇ ਇਹਨਾਂ ਨੂੰ ਹਰ ਸਮੇਂ ਉਦਾਂ ਦੀ ਸਪੋਰਟ ਦਿੱਤੀ ਜਾ ਸਕੇ ਬੜੀ ਖੁਸ਼ੀ ਨਾਲ ਇਹ ਚੀਜ਼ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਸਦਾ ਹੀ ਕਰਵਾਉਂਦੇ ਰਹਿਣ ਏਡਾ ਵੱਡਾ ਜ਼ੁੰਮਾ ਚੱਕਿਆ ਕਹਿੰਦੇ ਨੇ ਇਹ 'ਚ ਬੜੀ ਪ੍ਰਸ਼ੰਸਾ ਮਿਲਦੀ ਹੈ ਲੋਕ ਵੀ ਤੁਹਾਨੂੰ ਆ ਕੇ ਧੰਨਵਾਦ ਕਰਦੇ ਨੇ ਅਸੀਸਾਂ ਨਿਕਲਦੀਆਂ ਨੇ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਅਤੇ ਆਪਣੇ ਮਨ ਨੂੰ ਤਸੱਲੀ ਵੀ ਹੁੰਦੀ ਹੈ ਪਰ ਇਹ ਵੀ ਨਹੀਂ ਹੋ ਸਕਦਾ ਕਿ ਇੰਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਸਮੱਸਿਆ ਨਾ ਆ ਰਹੀ ਹੋਵੇ ਕੋਈ ਚੁਣੌਤੀ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ ਕਿੱਦਾਂ ਦੀਆਂ ਚੁਣੌਤੀਆਂ ਦਾ ਤੁਸੀਂ ਸਾਹਮਣਾ ਕਰਦੇ ਹੋ ਦੇਖੋ ਜੀ ਜੇ ਲਾਈਫ ਦੇ ਵਿੱਚ ਚੁਣੌਤੀਆਂ ਹੀ ਨਹੀਂ ਆ ਮੈਂ ਤਾਂ ਕਹਾਂਗੀ ਉਹ ਲਾਈਫ ਹੀ ਨਹੀਂ ਹੈ ਚੈਲੰਜ ਹੈਗਾ ਤਾਂ ਉਹ ਅਸਲ 'ਚ ਲਾਈਫ ਹੈਗੀ ਆ ਤੁਸੀਂ ਐਕਸਪੀਰੀਅੰਸ ਕਰਦੇ ਹੋ ਆਪਣੀਆਂ ਮਤਲਬ ਜਿੰਨੇ ਵੀ ਤੁਹਾਡੇ 'ਤੇ ਕੋਈ ਪ੍ਰੋਬਲਮਸ ਆਉਂਦੀਆਂ ਹੈਗੀਆਂ ਜੇ ਕੋਈ ਮੈਂਟਲੀ ਚੈਲੰਜ ਲੇਡੀ ਪ੍ਰੈਗਨੈਂਟ ਹੈਗੀ ਹੈ ਉਹਨੂੰ ਕਿੱਥੇ ਛੱਡਣਾ ਹੈਗਾ ਮੈਂਟਲੀ ਵੀ ਚੈਲੰਜ ਹੈਗੀ ਅਤੇ ਪ੍ਰੈਗਨੈਂਟ ਵੀ ਹੈ ਨਾਰੀ ਨਿਕੇਤਨ 'ਚ ਰੱਖਿਆ ਨਹੀਂ ਜਾ ਸਕਦਾ ਅਤੇ ਉਹਨਾਂ ਨੂੰ ਇੱਦਾਂ ਦੀਆਂ ਲੇਡੀਜ਼ ਨੂੰ ਪ੍ਰਸ਼ਾਸਨ ਨੂੰ ਇੱਥੇ ਲੈ ਕੇ ਆਉਣਾ ਪੈਂਦਾ ਈਵਨ ਕਿ ਹੁਣ ਪਿੱਛੇ ਵੀ ਸਾਡੀ ਇਹ CCI ਹੈਗੀ ਹੈ ਰਜਿਸਟਰਡ PWD ਦੇ ਅੰਡਰ ਐਕਟ ਦੇ ਰਜਿਸਟਰਡ ਹੈਗੀ ਹੈ ਨੈਸ਼ਨਲ ਟਰੱਸਟ ਦੇ ਅੰਡਰ ਰਜਿਸਟਰਡ ਹੈਗੀ ਹੈ ਅਤੇ ਹੁਣ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਇਸ ਨੂੰ ਸਾਹ ਵਜੋਂ ਵੀ ਅਡੋਪਸ਼ਨ ਏਜੰਸੀ ਵਜੋਂ ਵੀ ਰਜਿਸਟਰਡ ਕਰਾਓ ਅਸੀਂ ਕਿਹਾ ਵੀ ਸਾਡੇ ਕੋਲ ਸਪੈਸ਼ਲ ਇਨਹੈਬੀਟੈਂਟਸ ਜ਼ਿਆਦਾ ਹੈਗੇ ਆ ਉਹਨਾਂ ਦੀ ਟੇਕ ਕੇਅਰ ਕਰਨ ਵਾਸਤੇ ਸੰਸਥਾਵਾਂ ਘੱਟ ਹੈਗੀਆਂ ਜਿਵੇਂ ਤੁਸੀਂ ਜਾਣਦੇ ਹੀ ਹੋ ਵੀ ਸੀ ਸਾਨੂੰ ਉਹ ਖੁੱਲ੍ਹ ਕੇ ਕੰਮ ਕਰਨ ਦਿਓ ਤੁਸੀਂ ਇਹ ਤਾਂ ਕੋਈ ਵੀ ਕੰਮ ਕਰ ਸਕਦਾ ਹੈਗਾ ਅਡੋਪਸ਼ਨ ਵਾਲਾ ਕੋਈ ਵੀ ਨੋਰਮਲ ਕੰਮ ਹੈਗਾ ਕੋਈ ਵੀ ਕਰ ਸਕਦਾ ਹੈਗਾ ਬਟ ਉਹਨਾਂ ਵੱਲੋਂ ਇਹੀ ਜਵਾਬ ਹੁੰਦਾ ਕਿ ਸਾਡੀ ਤਸੱਲੀ ਤੁਹਾਡੇ ਨਾਲ ਹੀ ਹੁੰਦੀ ਹੈ ਸਾਨੂੰ ਜੋ ਫੇਥ ਹੈਗਾ ਤੁਹਾਡੇ 'ਤੇ ਹੀ ਹੈਗਾ ਕਿ ਤੁਸੀਂ ਬੱਚਿਆਂ ਦੀ ਪ੍ਰੋਪਰ ਕੇਅਰ ਕਰਦੇ ਹੋ ਉਹਨਾਂ ਨੂੰ ਸੰਭਾਲਦੇ ਹੋ ਉਹਨਾਂ ਦੀਆਂ ਸਾਰੀਆਂ ਇਮੋਸ਼ਨਲ ਅਤੇ ਸੋਸ਼ਲ ਨੀਡਸ ਪੂਰੀਆਂ ਕਰਦੇ ਹੋ ਇਸ ਕਰਕੇ ਤੁਸੀਂ ਹੀ ਰਜਿਸਟਰ ਕਰਾਓ ਜਿਵੇਂ ਤੁਸੀਂ ਔਰ ਤੁਹਾਡੇ ਜਿਹੜੇ ਹਸਬੈਂਡ ਹੈ ਉਹ ਤਾਂ ਇਸ ਮਕਸਦ 'ਚ ਲੱਗੇ ਹੋਏ ਨੇ ਇਸ ਨੂੰ ਸਮਝਦੇ ਹੋ ਸਭ ਤੋਂ ਵੱਡੀ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਗੁਰਬਾਣੀ ਬਹੁਤ ਡੂੰਘੀ ਉਤਰੀ ਹੋਈ ਹੈ ਜਿਸ ਕਰਕੇ ਤੁਸੀਂ ਆਪਣਾ ਇਹ ਸਫ਼ਰ ਜਿਹੜਾ ਹੈ ਬੜਾ ਵਧੀਆ ਤਰੀਕੇ ਨਾਲ ਬਤੀਤ ਕਰ ਰਹੇ ਹੋ ਪਰ ਜਿਹੜਾ ਤੁਸੀਂ ਸਟਾਫ ਅਪੁਆਇੰਟ ਕਰਦੇ ਹੋ ਜਾਂ ਜਿਹੜਾ ਤੁਹਾਡਾ ਵਰਕਿੰਗ ਟੀਮ ਹੈਗੀ ਹੈ ਉਹਨਾਂ ਨੂੰ ਕਿਵੇਂ ਤਿਆਰ ਕਰਦੇ ਹੋ ਕਿਉਂਕਿ ਇਹ ਸੌਖਾ ਕੰਮ ਨਹੀਂ ਹੈ ਮੈਂਟਲੀ ਟਰਾਟਡ ਬੱਚੇ ਨੇ ਜਾਂ ਫਿਰ ਜਿਨ੍ਹਾਂ ਨੂੰ ਸੁਣਦਾ ਨਹੀਂ ਹੈ ਜਾਂ ਜਿਨ੍ਹਾਂ ਦਾ ਬਿਹੇਵੀਅਰ ਸਾਡੇ ਕੰਟਰੋਲ 'ਚ ਤੁਹਾਡੇ 'ਚ ਨਹੀਂ ਹੈ ਉਹਨਾਂ ਨੂੰ ਕਿਸ ਤਰ੍ਹਾਂ ਟ੍ਰੇਨ ਕਰਦੇ ਹੋ ਮੋਸਟਲੀ ਕਈ ਵਾਰੀ ਤਾਂ ਫੀਲ ਹੁੰਦਾ ਅਸੀਂ ਹਾਇਰ ਵੈਸੇ ਉੱਦਾਂ ਦੇ ਕਰੇ ਦੇ ਜਿਨ੍ਹਾਂ ਦੇ ਅੰਦਰ ਭਾਵਨਾ ਹੋਵੇ ਪਰਮਾਤਮਾ ਦੀ ਜਾਗ ਲੱਗੀ ਹੋਵੇ ਅਤੇ ਕੁਛ ਮਤਲਬ ਉਹਨਾਂ ਦੇ ਅੰਦਰ ਉੱਦਾਂ ਦੇ ਚੰਗੇ ਸੰਸਕਾਰ ਹੋਣ ਹੈ ਨਾ ਉਹ ਕਦੇ ਉਹਨਾਂ ਨੂੰ ਗੁੱਸਾ ਨਾ ਆਵੇ ਬਟ ਫਿਰ ਵੀ ਕਿਉਂਕਿ ਇਹਨਾਂ ਦੇ ਵਿੱਚ ਡੇ ਐਂਡ ਨਾਈਟ ਕੰਮ ਕਰਨ ਦੇ ਨਾਲ ਉਹਨਾਂ ਨੂੰ ਫੀਲ ਹੁੰਦਾ ਹੈ ਕਿ ਬਹੁਤ ਜ਼ਿਆਦਾ ਥੱਕ ਚੁੱਕੇ ਹੈਗੇ ਆ ਤਾਂ ਉਦੋਂ ਉਹਨਾਂ ਦੀ ਕਾਉਂਸਲਿੰਗ ਕਰਨ ਦੀ ਲੋੜ ਹੁੰਦੀ ਹੈ ਬੀਂਗ ਸਾਈਕੋਲੋਜਿਸਟ ਮੈਂ ਵੀ ਕਰਦੀ ਹਾਂ ਹੋਰ ਸਾਈਕੋਲੋਜਿਸਟ ਵੀ ਹਾਇਰ ਕੀਤੇ ਆ ਬਾਹਰੋਂ ਵੀ ਅਸੀਂ ਵਲੰਟੀਅਰਸ ਇਨਵਾਈਟ ਕਰੀਦੇ ਹੈਗੇ ਆ ਅਤੇ ਕਾਉਂਸਲਿੰਗ ਦੇ ਵਿੱਚ ਅਸੀਂ ਇਹੀ ਮੇਨ ਉਹਨਾਂ ਨੂੰ ਕਈ ਵਾਰੀ ਗੱਲਬਾਤ ਕਰੀਦੀ ਹੈ ਕਿ ਅਸੀਂ ਸੇਵਾ ਦਾ ਮਤਲਬ ਕੀ ਹੈਗਾ ਕਿ ਜੇ ਅਸੀਂ ਡਿਊਟੀ ਕਰ ਰਹੇ ਹਾਂ ਆਪਣੀ ਰਿਸਪੋਂਸੀਬਿਲਟੀ ਨਿਭਾ ਰਹੇ ਹਾਂ ਉਹ ਇੱਕ ਤੁਹਾਡੀ ਜੇ ਤੁਸੀਂ ਤਨਖਾਹ ਲੈ ਰਹੇ ਹੋ ਤਾਂ ਉਹ ਇੱਕ ਤੁਹਾਡੀ ਨੀਡ ਹੈਗੀ ਹੈ ਨਾ ਸੋਸ਼ਲ ਨੀਡ ਹੈਗੀ ਹੈ ਬਟ ਜੇ ਤੁਸੀਂ ਸੇਵਾ ਕਰਦੇ ਹੋ ਪਰਮਾਤਮਾ ਦੇ ਘਰ ਵਿੱਚ ਇਹਦਾ ਲਿਖਾ ਲਿਖਿਆ ਜਾਂਦਾ ਹੈਗਾ ਅਤੇ ਇਹ ਤੁਹਾਡੇ ਕਰਮ ਬਣ ਰਹੇ ਹੈਗੇ ਆ ਅਤੇ ਕਰਮ ਫਿਲੋਸਫੀ ਦੇ ਹਿਸਾਬ ਦੇ ਨਾਲ ਸਾਨੂੰ ਇਹਦਾ ਫਲ ਮਿਲਣਾ ਹੈਗਾ ਪੋਜ਼ਿਟਿਵ ਫਲ ਮਿਲਣਾ ਹੈਗਾ ਬੇਕਰਿਆਂ ਬੇਆਸਰਿਆਂ ਅਤੇ ਬਿਮਾਰ ਲੋਕਾਂ ਲਈ ਇੱਕ ਬਹੁਤ ਵੱਡਾ ਸਹਾਰਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭੈਣ ਜੀ ਰਜਿੰਦਰ ਕੌਰ ਹੋਰਾਂ ਦੇ ਨਾਲ ਜੋ ਗੱਲਬਾਤ ਕੀਤੀ ਸਾਨੂੰ ਉਸਨੇ ਬਹੁਤ ਪ੍ਰੇਰਣਾ ਵੀ ਦਿੱਤੀ ਅਤੇ ਅਸੀਂ ਤੁਹਾਡੇ ਇਸ ਕੰਮ ਨੂੰ ਸਜਦਾ ਕਰਦੇ ਹਾਂ ਕਿ ਇੰਨੇ ਵੱਡੇ ਜਿਗਰੇ ਦੇ ਨਾਲ ਇਹ ਕੰਮ ਕਰ ਰਹੇ ਹੋ ਅਤੇ ਇੰਨੇ ਲੋਕਾਂ ਦੀ ਜ਼ਿੰਦਗੀ ਸਵਾਰ ਰਹੇ ਹੋ ਅਤੇ ਆ ਛੂਲਾ ਜ਼ਿੰਦਗੀ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਅਤੇ ਸਾਰੀ ਸਮੁੱਚੀ ਦੂਰਦਰਸ਼ਨ ਟੀਮ ਦਾ ਵੀ